ਸਰਦਾਰ ਸਾਹਿਬ ਜੀ ਸਮਝ ਨਹੀਂ ਪਤਾ ਨਹੀਂ ਕਿੱਥੇ ਰੱਖ ਬੈਠਾ ਜਨਾਬ ਨਹੀਂ ਮਿਲੀ ਜੀ ਸਾਲੇ ਉਹ ਹਰਾਮ ਖੋਰੋ ਸਾਰਾ ਠਾਣਾ ਮਿਲ ਕੇ ਮੇਰੀ ਇੱਕ ਵਰਦੀ ਨਹੀਂ ਲੱਭ ਸਕਿਆ ਸ਼ਰਮ ਕਰੋ ਕੁਛ ਜਨਾਬ ਨੰਗੇ ਤੁਸੀਂ ਹੋ ਅਸੀਂ ਕਿਉਂ ਸ਼ਰਮ ਕਰੀਏ ਓਏ ਅੱਖ ਲਾਲ ਆ ਤੇ 3 ਸਟਾਰ ਕਨੇੜੇ ਆ ਇੰਸਪੈਕਟਰ ਜੁਗਿੰਦਰ ਨਾਲ ਮਸ਼ਕਰੀ ਆ ਸਮਝ ਲੈ ਮੌਤ ਨੇੜੇ ਤੇੜੇ ਆ ਜਾ ਜਾ ਕੇ ਮੇਰੀ ਵਰਦੀ ਲੱਭ ਜੀ ਸਾਲੇ ਇੰਸਪੈਕਟਰ ਕੱਛੇ ਚ ਤੁਰਿਆ ਫਿਰਦਾ ਜੇ ਕੋਈ ਰਿਪੋਰਟ ਲਿਖਾਉਣ ਆ ਗਿਆ ਫਿਰ ਜਨਾਬ ਗੁੱਡ ਮਾਰਨਿੰਗ ਆ ਜੀ ਜਨਾਬ ਤੁਹਾਡੀ ਵਰਦੀ ਜੀ ਸਾਲੇ ਤੂੰ ਮੇਰੀ ਵਰਦੀ ਪਾਈ ਫਿਰਦਾ ਇੱਕ ਟੁੱਟੇ ਜੇ ਹੌਲਦਾਰ ਦੀ ਹਿੰਮਤ ਕਿਵੇਂ ਹੋ ਗਈ ਇੰਸਪੈਕਟਰ ਦੀ ਵਰਦੀ ਪਾ ਲਵੇ ਜਨਾਬ ਇਹਨਾਂ ਗੁੱਸਾ ਕਦੇ ਕਰੀ ਜਾਂਦੇ ਆ ਜਿਵੇਂ ਤੁਹਾਡੀ ਵਰਦੀ ਪਾ ਲਈ ਤੁਸੀਂ ਮੇਰੀ ਪਾ ਲੈਣੀ ਸੀ ਡੋਂਟ ਮਾਈਂਡ ਜਦੋਂ ਮੁਰਗੇ ਦੀ ਮੌਤ ਆਉਂਦੀ ਹੈ ਨਾ ਫਿਰ ਉਹ ਤੰਦੂਰ ਵਾਲ ਨੂੰ ਭੱਜਦਾ ਆਪਣੇ ਸੀਨੀਅਰ ਮੂਹਰੇ ਬੋਲਦਾ ਨੌਕਰੀਓਂ ਕੱਢ ਦੂ ਸਾਲੇ ਨੂੰ ਉਹ ਐ ਕਿਵੇਂ ਕੱਢ ਦੋਗੇ ਜਨਾਬ ਨੌਕਰੀ ਮੈਂ ਸਰਕਾਰ ਦੀ ਕਰਦਾ ਤੁਹਾਡੀ ਨਹੀਂ ਕਰਦਾ ਹੈਗਾ ਉਹ ਤੁਸੀਂ ਮੇਰੇ ਸੀਨੀਅਰ ਮੁਲਾਜ਼ਮ ਆ ਤਾਂ ਤੁਹਾਡੀ ਮੈਂ ਰਿਸਪੈਕਟ ਹੀ ਕਰਦਾ ਨਹੀਂ ਤਾਂ ਮੈਂ ਤੁਹਾਡੇ ਹੜਬਾ ਤੇ ਵੀ ਮਾਰਨੀ ਸੀ ਆ ਜਿਹੜਾ ਤੂੰ ਬਕਵਾਸ ਕੀਤਾ ਨਾ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਬਕਵਾਸ ਕਰੀਦਾ ਇੱਕ ਵਾਰੀ ਮੈਨੂੰ ਦੱਸ ਦੇ ਬਸ ਹੜਬਾ ਕੀ ਹੁੰਦੀ ਆ ਉਹ ਤੁਸੀਂ ਪੁੱਛ ਕੇ ਅੰਬ ਲੈਣੇ ਆ ਜਨਾਬ ਆਪਣੀ ਵਰਦੀ ਤੋਂ ਅੱਗੇ ਰੱਖਿਆ ਕਰੋ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਧੁਆਈ ਨਹੀਂ ਹੈਗੀ ਮੁਸ਼ਕ ਮਾਰੀ ਜਾਂਦੀ ਆ ਉਹ ਤਾਂ ਤੁਸੀਂ ਮੈਨੂੰ ਅੱਖਾਂ ਦਿਖਾਣ ਦੇ ਜੇ ਨਾਲੇ ਆਪਣੇ ਢੱਡ ਦਾ ਘੇਰਾ ਘਟਾਓ ਜਨਾਬ ਲੂ ਜਾ ਮੇਰੇ ਤੁਹਾਡੀ ਪੈਂਟ ਉਹ ਤੂੰ ਬਕਵਾਸ ਬੰਦ ਐਕਸਕਿਊਜ਼ ਮੀ ਥਾਣੇਦਾਰ ਸਾਹਿਬ ਹਾਂਜੀ ਮੈਡਮ ਜੀ ਐਕਚੁਅਲੀ ਮੇਰਾ ਪਰਸ ਚੋਰੀ ਹੋ ਗਿਆ ਤੇ ਮੈਂ ਰਿਪੋਰਟ ਲਿਖਵਾਣਾ ਹੈ ਮੈਡਮ ਮੇਰੇ ਨਾਲ ਗੱਲ ਕਰੋ ਦੱਸੋ ਤੁਹਾਡਾ ਪਰਸ ਕਿਹੜੇ ਰੰਗ ਦਾ ਸੀ ਐਕਚੁਅਲੀ ਮੈਂ ਆਪਣੀ ਰਿਪੋਰਟ ਥਾਣੇਦਾਰ ਕੋਲ ਲਿਖਵਾਣੀ ਹੈ ਚਪੜਾਸੀ ਕੋਲ ਨਹੀਂ ਮੈਡਮ ਫਾਰ ਯੂਅਰ ਕਾਈਂਡ ਇਨਫੋਰਮੇਸ਼ਨ ਮੈਂ ਚਪੜਾਸੀ ਨਹੀਂ ਹਾਂ ਮੈਂ ਇਸ ਥਾਣੇ ਦਾ ਇੰਚਾਰਜ ਹਾਂ ਇੰਸਪੈਕਟਰ ਜੁਗਿੰਦਰ ਸਿੰਘ ਬਰਾੜ ਕੱਚੇ ਚ ਤੁਸੀਂ ਅੱਜ ਤੱਕ ਕਾਨੂੰਨ ਦੇ ਫਿਰ ਹਾਥੀ ਵੇਖੇ ਆ ਫਿਰ ਕੀ ਹੋਇਆ ਜੇ ਕਾਨੂੰਨ ਦੀਆਂ ਲੱਤਾਂ ਵੇਖ ਲਈਆਂ ਇਹ ਵੱਖਰੀ ਗੱਲ ਹੈ ਕਿ ਕਾਨੂੰਨ ਦੀਆਂ ਲੱਤਾਂ ਥੋੜੀਆਂ ਜਿਹੀਆਂ ਪਤਲੀਆਂ ਪਰ ਤੁਸੀਂ ਫਿਰ ਵੀ ਆਪਣੀ ਰਿਪੋਰਟ ਲਿਖਾ ਸਕਦੇ ਹੋ ਮੈਨੂੰ ਮੈਂ ਆਪਣੀ ਰਿਪੋਰਟ ਕਮਿਸ਼ਨਰ ਕੋਲ ਲਿਖਵਾਉਂਗੀ ਕਮਿਸ਼ਨਰ ਹਾਂ ਜੇ ਕੱਚੇ ਦੇ ਵਿੱਚ ਥਾਣੇਦਾਰ ਹੋ ਸਕਦੇ ਤਾਂ ਤੁਸੀਂ ਕਮਿਸ਼ਨਰ ਕਿਉਂ ਨਹੀਂ ਮੈਮ ਜੇ ਕਮਿਸ਼ਨਰ ਵਾਲੀ ਗੱਲ ਆ ਨਾ ਜੀ ਫਿਰ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਡੀ ਰਿਪੋਰਟ ਲਿਖਦਾ ਤੁਹਾਡਾ ਇੱਕ ਪਰਸ ਗੁੰਮ ਹੋਇਆ ਨਾ ਜੀ ਪੰਜਾਬ ਪੁਲਿਸ ਨੂੰ 4 ਲੱਭ ਕੇ ਦੇਊਗੀ ਆ ਜਾਓ ਤੁਸੀਂ ਮੇਰੇ ਨਾਲ ਮੈਡਮ ਮੇਰੀ ਗੱਲ ਤਾਂ ਸੁਣੋ ਪਲੀਜ਼ ਜਨਾਬ ਤੁਸੀਂ ਬੇਇੱਜ਼ਤੀ ਬਹੁਤ ਸੋਹਣੀ ਕਰਾਉਂਦੇ ਹੋ ਬਸ ਕਰ ਰਹੇ ਸਾਲਾ ਜਿੱਦਣ ਦਾ ਇਸ ਥਾਣੇ ਦੇ ਵਿੱਚ ਆਇਆ ਮੇਰਾ ਜਿਹੜਾ ਦੁੱਪਰ ਕੀਤਾ ਪਿਆ ਵਾ ਕੈਨੇਡਾ ਆਹੋ ਪਰ ਜਨਾਬ ਮੈਂ ਕਿਵੇਂ ਲਿਆ ਸਕਦਾ ਡੀਸੀ ਸਾਹਿਬ ਦੀ ਕੁੜੀ ਨੂੰ ਪੰਜਾਬ ਓਏ ਕਮਲਿਆ ਤੂੰ ਹੀ ਤਾਂ ਲਿਆ ਸਕਦਾ ਆਫਟਰ ਆਲ ਤੂੰ ਸਾਡੀ ਪੰਜਾਬ ਪੁਲਿਸ ਦਾ ਸਭ ਤੋਂ ਹੋਣਹਾਰ ਹੌਲਦਾਰ ਆ ਜਨਾਬ ਮੈਂ ਕਹਿੰਦਾ ਉਦੋਂ ਫੂਕ ਤੇ ਨਹੀਂ ਛਕਦਾ ਹੁੰਦਾ ਪਰ ਮੇਰਾ ਇਹ ਫੂਕ ਛਕਣ ਨੂੰ ਜੀ ਕਰ ਰਿਹਾ ਹੈ ਮੈਂ ਫਿਰ ਛਕ ਜਾਵਾਂ ਛਕ ਜਾ ਛਕ ਗਿਆ ਜਨਾਬ ਮੈਨੂੰ ਇਹ ਦੱਸੋ ਇਹਨਾਂ ਸਾਰੀਆਂ ਗੱਲਾਂ 'ਚ ਮੇਰਾ ਕੀ ਫਾਇਦਾ ਹੋਊਗਾ ਕਮਲਿਆ ਫਾਇਦਾ ਤਾਂ ਤੇਰਾ ਹੀ ਆ ਜੇ ਤੂੰ ਇਹ ਕੰਮ ਕਰਤਾ ਇੱਥੇ ਆ ਕੇ ਡੀਸੀਪੀ ਸਾਹਿਬ ਤੋਂ ਜੋ ਮਰਜ਼ੀ ਮੰਗ ਲਈ ਜੋ ਮਰਜ਼ੀ ਮੰਗ ਲਵਾਂ ਹੋਰ ਕੀ ਮਤਲਬ ਜੇ ਮੈਂ ਡੀਸੀ ਸਾਹਿਬ ਦੀ ਕੁੜੀ ਨੂੰ ਪੰਜਾਬ ਲੈ ਆਂਦਾ ਤਾਂ ਮੈਂ ਇੰਸਪੈਕਟਰ ਵੀ ਬਣ ਸਕਦਾ ਓਏ ਬਣ ਗਿਆ ਸਮਝ ਮੈਂ ਇੰਸਪੈਕਟਰ ਬਣ ਗਿਆ ਹੋਰ ਕੀ ਪਰ ਜਨਾਬ ਪੇਰਾ ਤੁਸੀਂ ਹੌਲਦਾਰ ਵਾਲਾ ਪੈਗ ਨਾ ਪਾਓ ਇੰਸਪੈਕਟਰ ਵਾਲਾ ਪਾਓ ਨਾ ਸਾਲਾ ਲਾਲਚੀ ਬਸ 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 ਜਨਾਬ ਮੈਨੂੰ ਕਿਤੇ ਹੁਣੇ ਡੀਸੀ ਨਾ ਬਣਾ ਦਿਓ ਵੈਸੇ ਤੂੰ ਹੈ ਪੂਰੀ ਕੁੱਤੇ ਦੀ ਪੂੰਛ ਸੇਫ ਟੂ ਯੂ ਜਨਾਬ ਮੈਨੂੰ ਬਹੁਤਾ ਈਜ਼ੀ ਲੈਣ ਦੀ ਲੋੜ ਨਹੀਂ ਮੈਂ ਤੇਰਾ ਅਫਸਰ ਹਾਂ ਅੱਖ ਲਾਲ ਆ ਤਾਂ 3 ਸਟਾਰ ਕਨੇੜੇ ਆ ਇੰਸਪੈਕਟਰ ਜੁਗਿੰਦਰ ਨਾਲ ਮੁਕਾਬਲੇ ਤਾਂ ਸਮਝ ਲੈ ਤਰੱਕੀ ਨੇੜੇ ਤੇੜੇ ਆ ਲਵ ਯੂ ਜਨਾਬ ਥੈਂਕ ਯੂ